Sashikal viewers, I am Pradeep Canval Consultant Jalandhar. So here we are with another success story. Aksade naal ne Manpreet kaur jinna recently Australia da student visa grant hoya. So first of all, hello for the visa. Congratulations for your visa. Thank you so much. So Manpreet bare apan discuss karde ha inna di profile te inna de educational background bare. Manpreet, tusi sade viewers nu dassna chahoge tadi educational profile de bare? ਜੀ ਬਿਲਕੁਲ ਮੈਂ 2016 ਬੀ ਐਸ ਨਰਸਿੰਗ ਪਾਸ ਆਊਟ ਹਾਂ ਉਹਦੇ ਤੋਂ ਬਾਅਦ ਮੈਂ ਆਇਲਸ ਕੀਤੀ ਐਂਡ ਆਈ ਗੋਟ 6.5 ਬੈਂਡ ਇਨ ਆਇਲਸ ਆਫਟਰ ਦੈਟ ਮੈਂ ਕੈਨਵਲ ਤੋਂ ਅਪਲਾਈ ਕੀਤਾ ਐਂਡ ਆਈ ਗੋਟ ਮਾਈ ਵੀਜ਼ਾ ਸੋ ਮੈਂ ਸਾਰਿਆਂ ਨੂੰ ਇਹੀ ਐਡਵਾਈਸ ਕਰੂੰਗੀ ਜੇ ਕਿਸੇ ਨੂੰ ਵੀ ਕੋਈ ਕੁਐਰੀ ਆ ਜਾਂ ਕੁਛ ਵੀ ਆ ਤਾਂ ਉਹ ਜ਼ਰੂਰ ਕੈਨਵਲ ਤੋਂ ਥੈਂਕ ਯੂ ਸੋ ਮਚ ਮਨਪ੍ਰੀਤ ਕਿਹੜੀ ਯੂਨੀਵਰਸਿਟੀ ਦਾ ਤੁਸੀਂ ਅਪਲਾਈ ਕੀਤਾ ਸੀ ਯੂਨੀਵਰਸਿਟੀ ਆਫ ਵਾਲੈਂਗਾ ਤੇ ਤੁਸੀਂ ਮਾਸਟਰ ਡਿਗਰੀ ਅਪਲਾਈ ਕਰ ਰਹੇ ਹੋ ਨਾ ਬਿਲਕੁਲ ਮਾਸਟਰ ਆਫ ਪਬਲਿਕ ਹੈਲਥ ਐਡਵਾਂਸ ਸੋ ਜਿਸ ਤਰ੍ਹਾਂ ਦੀ ਤੁਸੀਂ ਦੇਖਿਆ ਮਨਪ੍ਰੀਤ ਨੇ ਰੀਸੈਂਟਲੀ ਆਪਣਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਐਕਸੈਪਟ ਕੀਤਾ ਹੈ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਸਲਟੈਂਟਸ ਇਨਫੋਰਮੇਸ਼ਨ ਇੱਦਾਂ ਦੀ ਪ੍ਰੋਵਾਈਡ ਕਰਵਾ ਰਹੇ ਨੇ ਕਿ ਆਸਟ੍ਰੇਲੀਆ ਨੇ ਵੀਜ਼ਾ ਦੀ ਰੇਸ਼ੋਸ ਘਟਾ ਦਿੱਤੀ ਹੈ ਜਾਂ ਡਿਫੀਕਲਟ ਕਰਤਾ ਪ੍ਰੋਸੈਸ ਬਟ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਇਹ ਜਿਹੜੀ ਥਿੰਗ ਮੈਟਰ ਕਰਦੀ ਹੈ ਜਸਟ ਐਕਸਪੀਰੀਅੰਸ ਮੈਟਰ ਕਰਦਾ ਹੈ ਕੰਸਲਟੈਂਟਸ ਦਾ ਕਿਸ ਤਰ੍ਹਾਂ ਦਾ ਪ੍ਰੋਫਾਈਲ ਐਮਬੈਸੀ ਆਫੀਸਰ ਦੇ ਸਾਹਮਣੇ ਰਿਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਸੋ ਬਹੁਤ ਸਾਰੇ ਸਟੂਡੈਂਟਸ ਸਾਡੇ ਕੋਲ ਆਉਂਦੇ ਨੇ ਜਦਕਿ ਉਹ ਐਲੀਜੀਬਲ ਹੁੰਦੇ ਹੋਏ ਵੀ ਆਪਣੀ ਇੱਕ ਰਿਫਿਊਜ਼ਲ ਲਗਵਾ ਕੇ ਆਉਂਦੇ ਨੇ ਜਸਟ ਬਿਕੋਜ਼ ਉਹਨਾਂ ਦੀ ਪ੍ਰੋਫਾਈਲ ਰਿਪ੍ਰੈਜ਼ੈਂਟ ਅੱਛੇ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਸੋ ਮੈਂ ਆਪਣੇ ਵਿਊਅਰਸ ਨੂੰ ਬਸ ਇਹੀ ਕਹਿਣਾ ਚਾਹਾਂਗਾ ਜੇ ਕਿਸੇ ਨੂੰ ਕਿਸੇ ਵੀ ਵੀਜ਼ਾ ਦੇ ਰਿਗਾਰਡਿੰਗ ਕੋਈ ਵੀ ਕੁਐਰੀ ਹੈ ਤਾਂ ਸਾਡੇ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਕਾਲਸ ਕਰਕੇ ਆਪਣੇ ਸਾਡੇ ਆਫਿਸ ਵਿਜ਼ਿਟ ਕੀਤਾ ਜਾ ਸਕਦਾ ਹੈ ਜੇ ਤੁਹਾਡਾ ਕੋਈ ਰਿਲੇਟਿਵਸ ਜਾਂ ਤੁਹਾਡਾ ਕੋਈ ਫਰੈਂਡ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਤਾਂ ਸਾਡੇ ਮੈਲਬਨ ਆਫਿਸ ਦੇ ਵਿੱਚ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ ਸਾਡੇ ਐਮਡੀ ਮਿਸ ਭਾਵਨਾ ਸਲਾਰੀਆ ਮੈਲਬਨ ਆਫਿਸ ਦੇ ਵਿੱਚ ਹੀ ਅਵੇਲੇਬਲ ਹੁੰਦੇ ਨੇ ਤੁਸੀਂ ਅਪਾਇੰਟਮੈਂਟ ਫਿਕਸ ਕਰਕੇ ਉਹਨਾਂ ਨੂੰ ਉੱਥੇ ਮਿਲ ਸਕਦੇ ਹੋ ਇਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਵੀ ਕੁਐਰੀ ਹੈ ਸਾਡੇ ਜਲੰਧਰ ਬਠਿੰਡਾ ਤੇ ਲੁਧਿਆਣਾ ਬ੍ਰਾਂਚ ਦੇ ਵਿੱਚ ਤੁਸੀਂ ਆ ਕੇ ਹਰ ਤਰ੍ਹਾਂ ਦੇ ਵੀਜ਼ੇ ਦੇ ਰਿਗਾਰਡਿੰਗ ਆਪਣੀ ਇਨਫੋਰਮੇਸ਼ਨ ਗੈਦਰ ਕਰ ਸਕਦੇ ਹੋ ਸਾਡੇ ਫੇਸਬੁੱਕ ਐਂਡ ਯੂਟਿਊਬ ਪੇਜ ਨੂੰ ਜਰੂਰ ਸਬਸਕ੍ਰਾਈਬ ਕਰੋ ਉੱਥੇ ਡੇਲੀ ਅਪਡੇਟਸ ਆਪਾਂ ਦਿੰਦੇ ਰਹਿੰਦੇ ਹਾਂ ਤੇ ਵੀਜ਼ਾਸ ਦੇ ਬਾਰੇ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਸੋ ਫੇਰ ਮਿਲਾਂਗੇ ਇੱਕ ਨਿਊ ਸਕਸੈਸ ਸਟੋਰੀ ਦੇ ਨਾਲ ਅੰਟਿਲ ਦੈਨ ਸਤਿ ਸ਼੍ਰੀ ਅਕਾਲ ਥੈਂਕ ਯੂ